ਅੰਮ੍ਰਿਤਸਰ ਪੁਲਿਸ ਕਮਿਸ਼ਨਰ ਨੋਨਿਹਾਲ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤੇ ਮਾੜੇ ਅਨਸਰਾਂ ਦੇ ਖਿਲਾਫ ਚਲਾਈ ਗਈ ਮੁਹਿੰਮ ਤਹਿਤ ਥਾਣਾ ਛੇਹਰਟਾ ਦੀ ਪੁਲਿਸ ਨੂੰ ਉਸ ਵੇਲੇ ਵੱਡੀ ਸਫਲਤਾ ਹਾਸਲ ਹੋਈ ਜਦੋਂ ਚੋਰੀ ਦੀਆਂ ਵਾਰਦਾਤਾਂ ਕਰਨ ਵਾਲੇ ਦੋ ਨੌਜਵਾਨਾਂ ਨੂੰ ਕਾਬੂ ਕਰਕੇ ਉਹਨਾਂ ਦੇ ਕੋਲੋਂ ਪੁਲਿਸ ਦੇ ਵੱਲੋਂ 20 ਦੇ ਕਰੀਬ ਚੋਰੀ ਦੇ ਵਹੀਕਲ ਬਰਾਮਦ ਕੀਤੇ ਗਏ। ਇਸ ਮੌਕੇ ਥਾਣਾ ਛੇਹਰਟਾ ਦੇ ਮੁਖੀ ਗੁਰਵਿੰਦਰ ਸਿੰਘ ਨੇ ਮੀਡੀਆ ਨੂੰ ਜਾਣਕਾਰੀ ਸਾਂਝੀ ਕੀਤੀ ਅਤੇ ਦੱਸਿਆ ਕਿ ਚੌਂਕੀ ਗੁਰੂ ਕੀ ਵਡਾਲੀ ਦੇ ਪੁਲਿਸ ਅਧਿਕਾਰੀ ਬਲਵਿੰਦਰ ਸਿੰਘ ਦੀ ਅਗਵਾਈ ਦੇ ਵਿੱਚ ਚੋਰੀ ਦੇ ਵਹੀਕਲ ਦੇ ਨਾਲ ਦੋ ਦੋਸ਼ੀ ਕਾਬੂ ਕੀਤੇ ਗਏ, ਜਿਨ੍ਹਾਂ ਦੇ ਕੋਲੋਂ 14 ਮੋਟਰਸਾਈਕਲ ਅਤੇ 6 ਐਕਟਿਵਾ ਚੋਰੀ ਦੇ ਬਰਾਮਦ ਕੀਤੇ ਗਏ। ਥਾਣਾ ਛੇਹਰਟਾ ਅੰਮ੍ਰਿਤਸਰ ਵਿੱਚ ਗ੍ਰਿਫਤਾਰ ਦੋਸ਼ੀ ਬਲਜੀਤ ਸਿੰਘ ਉਰਫ ਇਲ ਬਲੀਲੀ ਪੁੱਤਰ ਬਲਬੀਰ ਸਿੰਘ ਵਾਸੀ ਪਿੰਡ ਪੱਤਲ ਥਾਣਾ ਘਰਿੰਡਾ ਅੰਮ੍ਰਿਤਸਰ ਪਾਸੋਂ ਚੋਰੀ ਦੇ ਇੱਕ ਮੋਟਰਸਾਈਕਲ ਸਪਲੈਂਡਰ ਰੰਗ ਕਾਲਾ ਬਿਨਾ ਨੰਬਰੀ ਤੇ ਕਾਬੂ ਕੀਤਾ ਹੈ। ਉਸ ਨੂੰ ਪੇਸ਼ ਅਦਾਲਤ ਵਿੱਚ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਅਤੇ ਇਸੇ ਦੌਰਾਨ ਪੁਲਿਸ ਰਿਮਾਂਡ ਉਸਦਾ ਲਿੱਤਾ ਗਿਆ ਅਤੇ ਨਾਲ ਹੀ ਉਸ ਪਾਸੋਂ ਚੋਰੀਸ਼ੁਦਾ 4 ਐਕਟਿਵਾ ਅਤੇ 7 ਮੋਟਰਸਾਈਕਲ ਮਾਰਕਾ ਸਪਲੈਂਡਰ ਬਰਾਮਦ ਕੀਤੇ ਗਏ। ਇਸ ਦੋਸ਼ੀ ਬਲਜੀਤ ਸਿੰਘ ਉਰਫ ਬਿਲ ਬਲੀਚੀ ਵਿੱਚ ਖਾਸੀਅਤ ਇਹ ਸੀ ਕਿ ਜਦੋਂ ਵੀ ਇਸ ਨੂੰ ਪੁਲਿਸ ਪਾਰਟੀ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕਰਦੀ ਸੀ ਅਤੇ ਇਹ ਆਪਣੇ ਆਪ ਨੂੰ ਹੀ ਦੌਰਾ ਪਾ ਲੈਂਦਾ ਸੀ ਅਤੇ ਇੱਕਦਮ ਹੀ ਡਿੱਗ ਜਾਂਦਾ ਸੀ, ਜਿਸ ਕਰਕੇ ਪੁਲਿਸ ਘਬਰਾਹਟ ਦੇ ਵਿੱਚ ਇਸ ਨੂੰ ਗ੍ਰਿਫਤਾਰ ਨਹੀਂ ਕਰਦੀ ਸੀ। ਪਰ ਇਸ ਵਾਰ ਇਸ ਨੂੰ ਬਲਵਿੰਦਰ ਸਿੰਘ ਇੰਚਾਰਜ ਚੌਂਕੀ ਗੁਰੂ ਕੀ ਵਡਾਲੀ ਵੱਲੋਂ ਗ੍ਰਿਫਤਾਰ ਕਰਕੇ 3 ਵਾਰ ਮਾਣਯੋਗ ਅਦਾਲਤ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ। ਇਸ ਪਾਸੋਂ ਕੁੱਲ ਚੋਰੀ ਸ਼ੁਦਾ 12 ਵਹੀਕਲ ਬਰਾਮਦ ਕੀਤੇ ਗਏ। ਪਿਛਲੇ ਦਿਨਾਂ ਦੇ ਵਿੱਚ ਸਾਡੇ ਚੌਂਕੀ ਇੰਚਾਰਜ ਗੁਰੂ ਕੀ ਵਡਾਲੀ ਸਬ ਇੰਸਪੈਕਟਰ ਬਲਵਿੰਦਰ ਸਿੰਘ ਅਤੇ ਇਹਨਾਂ ਦੀ ਟੀਮ ਨੇ ਜਿਹੜਾ ਬਹੁਤ ਵਧੀਆ ਕੰਮ ਕੀਤਾ। ਇਹਨਾਂ ਨੇ FIR ਨੰਬਰ 70 ਮਿਤੀ 19/4/23 ਅੰਡਰ ਸੈਕਸ਼ਨ 379(411) ਅਤੇ ਦੂਸਰਾ ਮੁਕੱਦਮਾ ਨੰਬਰ 72 ਮਿਤੀ 21/4/23 ਅੰਡਰ ਸੈਕਸ਼ਨ 379(411) IPC ਥਾਣਾ ਛਾਟਾ, ਇਹ ਦੋਵੇਂ ਵੱਖ ਵੱਖ ਮੁਕੱਦਮੇ ਦਰਜ ਕਰਕੇ ਇਹਨਾਂ ਨੇ ਪਹਿਲੇ ਮੁਕੱਦਮੇ ਦੇ ਵਿੱਚ ਬਲਜੀਤ ਸਿੰਘ ਉਰਫ ਇਲ ਬਲੀਲੀ ਪੁੱਤਰ ਬਲਬੀਰ ਸਿੰਘ ਵਾਸੀ ਪਿੰਡ ਤੱਤਲ ਥਾਣਾ ਘਰਿੰਡਾ ਅੰਮ੍ਰਿਤਸਰ ਦਿਹਾਤੀ ਅਤੇ ਇੱਕ ਮੁਕੱਦਮੇ ਦੇ ਵਿੱਚ ਵਿੱਕੀ ਉਰਫ ਸੋਨੂੰ ਪੁੱਤਰ ਦੇਵ ਦਿਆਲ ਸਿੰਘ ਵਾਸੀ ਪਿੰਡ ਬੋਪਾ ਰਾਏ ਬਾਜ ਸਿੰਘ ਥਾਣਾ ਲੋਪੋਗੇ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ, ਇਹਨਾਂ ਦੋਵਾਂ ਨੂੰ ਗ੍ਰਿਫਤਾਰ ਕੀਤਾ ਅਤੇ ਬਲਜੀਤ ਸਿੰਘ ਗਿੱਲ ਬਲੀਲੀ ਕੋਲੋਂ 4 ਐਕਟਿਵਾ ਅਤੇ 8 ਮੋਟਰਸਾਈਕਲ ਜਿਹੜੇ ਸਪਲੈਂਡਰ ਵੱਖ ਵੱਖ ਨੰਬਰਾਂ ਦੇ ਅਤੇ ਜਿਹੜਾ ਵਿੱਕੀ ਸੋਨੂ ਆ ਇਹਦੇ ਕੋਲੋਂ 1 ਐਕਟਿਵਾ ਅਤੇ 7 ਮੋਟਰਸਾਈਕਲ ਜਿਹੜੇ ਆ ਮਾਰਕਾ ਸਪਲੈਂਡਰ ਜਿਹੜੇ ਇਹਨਾਂ ਤੋਂ ਰਿਕਵਰ ਕੀਤੇ ਨੇ। ਜਿਹੜੇ ਇਹਨਾਂ ਦੋਵਾਂ ਨੇ ਵੱਖ ਵੱਖ ਥਾਵਾਂ ਤੋਂ ਅੰਮ੍ਰਿਤਸਰ ਸ਼ਹਿਰ ਦੇ ਆਲੇ ਦੁਆਲੇ ਅਤੇ ਸ਼ਹਿਰ ਦੇ ਵਿੱਚੋਂ ਚੋਰੀ ਕੀਤੀ ਸੀ। ਕਿੰਨੇ ਸਾਲਾਂ ਸਰ ਜਿਹੜਾ ਕਾਰੋਬਾਰ ਕਰ ਰਹੇ ਸੀ? ਇਹਨਾਂ ਦੇ ਖਿਲਾਫ਼ ਪਹਿਲਾਂ ਵੀ ਦੋਵਾਂ ਦੇ 3-3 ਮੁਕੱਦਮੇ ਚੋਰੀ ਦੇ ਮੋਟਰਸਾਈਕਲਾਂ ਦੇ ਚੋਰੀ ਦੇ ਵਾਹਨਾਂ ਦੇ ਜਿਹੜੇ ਆ ਉਹ ਦਰਜ ਨੇ ਥਾਣਾ ਛਾਟਾ ਅਤੇ ਤੋਂ ਹੋਰ ਵੀ ਦੂਜਿਆਂ ਥਾਣਿਆਂ ਦੇ ਵਿੱਚ ਅਤੇ ਆਹ ਹੁਣ ਇਹ ਚੌਥੇ ਮੁਕੱਦਮੇ ਦੇ ਵਿੱਚ ਦੋਵਾਂ ਦੇ ਖਿਲਾਫ਼ ਚੌਥਾ ਮੁਕੱਦਮਾ ਜਿਹੜਾ ਵਾ ਹੁਣ ਦਰਜ ਹੋਇਆ। ਜਿਹੜਾ ਇਲ ਬਲੀਲੀ ਆ ਇਹ ਬਿਲਕੁਲ ਨਸ਼ੇ ਦੇ ਆਦੀ ਆ, ਨਸ਼ਾ ਕਰਨ ਦੇ ਲਈ ਹੀ ਇਹ ਆਪਣੇ ਤਰ੍ਹਾਂ ਲੋਕਾਂ ਦੇ ਭੋਲੇ ਭਾਲੇ ਲੋਕਾਂ ਦੇ ਮੋਟਰਸਾਈਕਲ ਚੋਰੀ ਕਰਕੇ ਮੰਨ ਲਓ 70,000 ਦਾ ਜਾਂ 1,00,000 ਰੁਪਏ ਦਾ ਮੋਟਰਸਾਈਕਲ ਲਿਆ ਅਤੇ 5-6,000 ਰੁਪਏ ਦੇ ਵਿੱਚ ਕਿਸੇ ਨੂੰ ਗਹਿਣੇ ਰੱਖ ਦੇਣਾ, ਕਹਿ ਦੇਣਾ ਜੀ ਮੇਰੇ ਘਰ ਜ਼ਰੂਰਤ ਬੜੀ ਆ, ਮੇਰੀ ਮਾਂ ਬਿਮਾਰ ਹੈ, ਮੇਰੀ ਭੈਣ ਬਿਮਾਰ ਹੈ, ਇਹੋ ਜਿਹਾ ਬਹਾਨਾ ਮਾਰ ਕੇ ਅਤੇ ਇਹ ਮੋਟਰਸਾਈਕਲ ਜਿਹੜੇ ਸੀਗੇ ਲੋਕਾਂ ਨੂੰ ਉਹ 6,000 ਜਾਂ 5,000 ਰੁਪਏ 'ਚ ਰੱਖ ਕੇ ਅਤੇ ਨਸ਼ੇ ਦੀ ਪੂਰਤੀ ਕਰ ਲੈਂਦੇ ਸੀ। ਨਹੀਂ ਜੀ ਇਹ ਮੋਟਰਸਾਈਕਲ ਇਹਨਾਂ ਨੇ ਲੋਕਾਂ ਨੂੰ ਜਿਵੇਂ ਗਹਿਣੇ ਦੇ ਤਰੀਕੇ ਜਿਹੇ ਦਿੱਤੇ ਸੀਗੇ ਉਹਨਾਂ ਉੱਥੋਂ ਅਸੀਂ ਵੱਖ ਵੱਖ ਥਾਵਾਂ ਤੋਂ ਰਿਕਵਰ ਕਰ ਲਏ ਨੇ। ਜਿੱਥੇ ਕਿਤੇ ਅੱਗੇ ਸਾਡੀ ਤਫਤੀਸ਼ ਅਜੇ ਜਾਰੀ ਹੈ, ਜੇ ਸਾਨੂੰ ਕੋਈ ਹੋਰ ਇਹਨਾਂ ਦੇ ਨਾਲ ਦੋਸ਼ੀ ਪਾਇਆ ਗਿਆ ਤਾਂ ਉਸਦੇ ਖਿਲਾਫ਼ ਵੀ ਅਸੀਂ ਕਰ ਲਵਾਂਗੇ। ਇਹ ਪਿਛਲੇ ਅਸੀਂ 4 ਦਿਨ ਤੋਂ ਸਾਡੇ ਬਲਵਿੰਦਰ ਸਿੰਘ ਸਬ ਇੰਸਪੈਕਟਰ ਜਿਹੜੇ ਨੇ ਚੌਂਕੀ ਇੰਚਾਰਜ ਉਡਾਲੀ ਪਿਛਲੇ 4 ਦਿਨਾਂ ਤੋਂ ਆਪਣੀ ਟੀਮ ਨਾਲ ਲੱਗੇ ਹੋਏ ਸੀਗੇ ਅਤੇ ਜਿਹੜੇ ਨੇ ਵੱਖ ਵੱਖ ਥਾਵਾਂ 'ਤੇ ਵੱਖ ਵੱਖ ਪਿੰਡਾਂ ਦੇ ਵਿੱਚ ਜਿਹੜੇ ਸੀਗੇ ਇਹਨੇ ਦਿੱਤੇ ਹੋਏ ਸੀਗੇ ਉੱਥੇ ਜਾ ਕੇ ਜਾਂਦੇ। ਬਿਲਕੁਲ ਜੀ, ਪਿਛਲੇ ਸਮੇਂ 'ਚ ਅਸੀਂ ਇੱਕ ਗਰੋਹ ਫੜਿਆ ਸੀਗਾ ਜਿਹੜੇ ਕਿ ਸਰਾਏ ਮਾਨਤਖਾਂ ਦੇ ਗੰਡੀ ਪਿੰਡ ਸਰਾਂ ਪਿੰਡ ਦੇ ਸੀਗੇ। ਉਹ ਜਿਹੜਾ ਮੋਟਰਸਾਈਕਲ ਉਹ ਵੇਚਦੇ ਸੀ ਕੁਵਾੜੀਏ ਨੂੰ ਸੀ, ਕੁਵਾੜੀਏ ਦੀ ਦੁਕਾਨ ਸਰਾਏ ਮਾਨਤਖਾਂ ਅੱਡੇ ਦੇ ਵਿੱਚ ਸੀਗੇ। ਉਹ ਅਸੀਂ ਉਹਨਾਂ ਕੋਲੋਂ ਉਸ ਵਕਤ 18 ਮੋਟਰਸਾਈਕਲ ਜਿਹੜੇ ਸੀਗੇ ਔਰ ਕਰੀਬ 40 ਮੋਟਰਸਾਈਕਲਾਂ ਦਾ ਜਿਹੜਾ ਸਾਜ ਸਮਾਨ ਕੱਟਿਆ ਵੱਢਿਆ ਸੀ ਉਹ ਜਿਹੜਾ ਉਹਨਾਂ ਤੋਂ ਰਿਕਵਰ ਕੀਤਾ ਸੀ ਅਤੇ ਕੁਵਾੜੀਆਂ ਦੇ ਖਿਲਾਫ਼ ਵੀ ਮੁਕੱਦਮਾ ਦਰਜ ਕਰਕੇ ਉਹਨਾਂ ਨੂੰ ਜੇਲ੍ਹ ਭੇਜਿਆ। ਜਿਹੜਾ ਵੀ ਬੰਦਾ ਜੁਰਮ ਕਰੇਗਾ ਉਹਨੂੰ ਬਖਸ਼ਣ ਵਾਲੀ ਕੋਈ ਗੱਲ ਨਹੀਂ ਆ, ਕਿਉਂਕਿ ਮਿਹਨਤ ਕਰਨ ਵਾਲੇ ਲੋਕ ਹੁੰਦੇ ਨੇ। ਕਿਸ਼ਤਾਂ 'ਤੇ ਕੋਈ ਮੋਟਰਸਾਈਕਲ ਲੈਂਦਾ ਜਾਂ ਕੋਈ ਐਕਟਿਵਾ ਲੈਂਦਾ ਨੇ ਅਤੇ ਆਪਣੇ ਨਸ਼ੇ ਦੀ ਪੂਰਤੀ ਲਈ 5-6,000 ਰੁਪਏ ਵਾਸਤੇ ਕਰ ਦਿੰਦੇ ਨੇ।
ਜਿਹੜਾ ਵੀ ਇਹਦੇ 'ਚ ਅੱਗੇ ਤੋਂ ਵੀ ਕੋਈ ਦੋਸ਼ੀ ਪਾਇਆ ਜਾਂਦਾ ਅਸੀਂ ਉਹਦੇ ਖਿਲਾਫ਼ ਕਾਰਵਾਈ ਕਰਾਂਗੇ। ਹੁਣ ਸਰ ਕੀ ਕਾਰਵਾਈ ਕੀਤੀ ਜਾ ਰਹੀ ਹੈ? ਇਹਨਾਂ ਦੋਵਾਂ ਦੇ ਖਿਲਾਫ਼ ਮੁਕੱਦਮਾ ਨੰਬਰ 70 ਅਤੇ ਮੁਕੱਦਮਾ ਨੰਬਰ 72 ਅਧੀਨ ਧਾਰਾ 379 411 IPC ਥਾਣਾ ਛਾਟਾ 'ਚ ਮੁਕੱਦਮੇ ਦੋਵੇਂ ਦਰਜ ਕੀਤੇ ਅਤੇ ਇਹਨਾਂ ਨੂੰ ਅਦਾਲਤ ਤੋਂ ਅਸੀਂ ਸਜ਼ਾ ਦਵਾਵਾਂਗੇ।